जी वालेकुम सलाम। जी आपकी और मेरी शादी यानी कि यपन कुटीटा हुआ है जी। आपको पता है यपन कुटीटा क्या होता है? शादी पी 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 पी। तो ऐसे कहो ना। है तोड़ा घर? जी जी सारा मेरा घर है। माशाल्लाह क्या बात है। ऐश करो, पूछो की चांदे हो, मांग लो साडे को अल्लाह दे नाते। अल्लाह दे नाते जी। हां जी मंगो। की मंगना है जानू? तुसी ब्याह दे ब्याह दे बदले मेरे की गिफ्ट दोगे? दसो की गिफ्ट चाहिदा? दो मुंडे इकट्ठे हो जान। ਇਸ ਤੋਂ ਵੱਡਾ ਗਿਫਟ ਕਿਹੜਾ ਹੋ ਸਕਦਾ? ਕੀ ਆ ਵੀ ਜੁੜਵਾ ਪੁੱਤਰ ਹੋ ਜਾਣਾ? ਤੁਸੀਂ ਮੈਨੂੰ ਗੱਡੀ ਦੇ ਦਿਓ ਬਸ। ਕਿਹੜੀ ਦੁਨੀਆ ਦੀ ਕਿਥੋਂ ਹੁੰਦੀ? ਕਿਹੜੀ ਚਾਹੀਦੀ ਦੱਸੋ ਨਾ, ਗੱਡੀ ਵੀ ਤੇ ਦੱਸੋ ਨਾ। ਮੈਂ ਆ ਵੇ ਫਕਸ ਨਹੀਂ ਲੈ ਸਕਿਆ ਜੀ। ਜਾਨੂ ਪ੍ਰਾਡੋ। ਅੱਛਾ ਪ੍ਰਾਡੋ? ਹਾਂ ਉਹ ਗੱਡੀ ਹੈ ਤੇ ਹੋਰ ਕੀ ਹੈ? ਉਹ ਮੈਂ ਲਈ ਨਹੀਂ, ਇੱਕ ਦੋ ਵਾਰੀ ਥੱਲੇ ਆਇਆ, ਪਤਾ ਨਹੀਂ ਕਿੰਨੇ ਦੀ। ਵਾ 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 ਨਹੀਂ ਹੁੰਦੀ ਉਹ, ਯਕੀਨ ਕਰ। ਕੋ ਲੈਣ ਦੇਣ ਵਾਲੀ ਗੱਲ ਕਰੋ ਨਾ ਤੁਸੀਂ ਵੀ ਤਾਂ ਮੈਨੂੰ। ਚਲੋ ਚਲੋ ਚਲੋ। ਮਸਕੀਨ ਬੰਦਾ ਮੈਂ, ਤੂੰ ਪਤਾ ਨਹੀਂ ਕੀ ਸਮਝ ਰਹੀ ਜੀ। ਅੱਛਾ ਤੁਸੀਂ ਇੰਜ ਕਰੋ, ਤੁਸੀਂ ਮੈਨੂੰ ਬੰਗਲਾ ਲੈ ਦਿਓ। ਬੰਗਲਾ ਤੇ ਐ ਸੀ, ਬੱਚਿਆਂ ਨੇ ਦਰਵਾਜ਼ਾ ਖੋਲਿਆ ਬਗੈਰ ਟੁੱਟ ਗਿਆ ਜੀ। ਇਹ ਤਾਂ ਚਿੱਟਾ ਖੰਬੂਰ ਸੀ। ਕੀ ਮਤਲਬ ਬੰਗਲਾ? ਮਤਲਬ ਘਰ, ਕੋਠੀ ਕਹਿ ਰਹੀ ਆ? ਕੋਠੀ ਕਹਿ ਰਹੀ ਆ? ਸ਼ੁਕਰ ਕਰ ਮੈਂ ਤੇਰੇ ਨਾਲ ਵਿਆਹ ਕਰ ਲਿਆ। ਹਾਂ ਕਿਉਂ? ਇਹ ਚਾਕਲੇਟੀ ਬੱਚਾ ਪਹਿਲੇ ਹੀ ਲੱਭਿਆ ਤੈਨੂੰ। ਤੂੰ ਸ਼ੁਕਰ ਕਰ, ਅਨਪੜ ਗਵਾਰ ਨਾ। ਕੌਣ ਅਨਪੜ ਕਰ ਲਿਆ? ਤੂੰ ਅਨਪੜ ਗਵਾਰ ਹੈ, ਤੂੰ ਪਿਆਤੀ ਵੇਖ ਕੇ ਸਹੀ। ਕੌਣ ਪਿਆਤੀ? ਤੂੰ ਉਹ ਦਿਆਤ ਨਾ ਹੋ। ਦਿਆਤ ਨਾ ਹੋਵੇ ਤਾਂ ਤੁਹਾਡਾ ਕੀ ਫਾਇਦਾ ਫਿਰ? ਹੈ ਕੀ ਫਾਇਦਾ ਦੱਸ? ਅੱਲਾ ਮਾਫ ਕਰੇ ਜੀ। ਪੈਨੂ ਪੈਨੂ ਮੈਂ ਵਿਆਹ ਕਰ ਲੈ। ਸ਼ੁਕਰ ਕਰ ਅਨਪੜ ਜਾਹਿਲ, ਕਿੰਨਾ ਪੜਿਆ ਨੇ ਦੱਸ? ਅੱਲਾ ਦੀ ਰਹਿਮਤ ਨਾਲ ਪੂਰੇ ਸਕੂਲ ਚ ਮੇਰੇ ਵਰਗਾ ਲਾਇਕ ਬੱਚਾ ਕੋਈ ਨਹੀਂ। ਉਹ ਜਾ ਜਾ, ਮੈਂ ਨਹੀਂ ਮੰਨਦੀ। ਜ਼ਿੰਦਗੀ ਚ ਇੱਕ ਵਾਰੀ ਫੇਲ ਹੋਇਆ ਉਹ ਵੀ ਮੇਰੀ ਗਲਤੀ। ਉਹ ਕਿਵੇਂ? ਜਿਸ ਕੰਜਰ ਦੀ ਨਕਲ ਮਾਰੀ ਉਹ ਹੀ ਫੇਲ ਹੋ ਗਿਆ ਤਾਂ ਮੈਂ ਕਿੱਥੇ ਮਾਰ ਲਿਆ? ਮੈਂ ਉਹਨੂੰ ਕਿਹਾ ਵੀ ਹੈ ਵੀ ਮੈਂ ਨਹੀਂ ਪੜ੍ਹ ਰਿਹਾ, ਤੂੰ ਤਾਂ ਮਾਮਾ ਪੜ੍ਹ, ਮੈਂ ਤੇਰੀ ਨਕਲ ਮਾਰਨੀ। ਉਹ ਵੀ ਨਹੀਂ ਪੜ੍ਹਿਆ ਤਾਂ ਮੈਂ ਵੀ ਨਹੀਂ ਪੜ੍ਹਾਂ, ਮੈਂ ਕੀ ਕਰਾਂ ਦੱਸ ਨੂੰ? ਤੇ ਅਨਪੜ੍ਹ ਹੀ ਨਾ, ਗਵਾਰ ਹੀ ਨਾ ਫਿਰ। ਤਲੀਮ ਹਾਸਲ ਕਰਨਾ ਬਹੁਤ ਜ਼ਰੂਰੀ, ਤਲੀਮ ਹੋਣੀ ਚਾਹੀਦੀ ਹੈ। ਉਹ ਕਿਉਂ? ਅਬ ਜ਼ਰੂਰੀ ਹੁੰਦੀ ਹੈ ਤਲੀਮ। ਸਾਡਾ ਮਾਂ ਪਿਓ ਨਹੀਂ ਸੀ ਪੜ੍ਹਿਆ, ਸਾਨੂੰ ਕਹਿਣਾ ਬੇਟਾ ਝੂਠ ਨਹੀਂ ਬੋਲਣਾ। ਅੱਛਾ ਤੇ ਆਪ ਠੋਕੀ ਜਾਂਦੇ ਸਨ ਅਲੀ ਸੁਬਾ ਦੇ 7 ਵਜੇ ਨੇ ਕਹਿਣਾ ਉੱਠ ਪੈ ਦੁਪਹਿਰ ਹੋ ਗਈ ਹੈ। ਅਲੀ ਸੁਬਾ 7 ਵਜੇ ਹੁੰਦੇ ਸਨ। ਇਹ ਤੇ ਹੁਣ ਸ਼ੁਕਰ ਤੇਰੇ ਨਾਲ ਮੇਰਾ ਵਿਆਹ ਹੋਇਆ, ਤਾਂ ਤੂੰ ਅੱਧੀ ਮਾਂ ਹੈ ਮੇਰੀ। ਅੱਧੀ ਮਾਂ? ਜਦੋਂ ਜਾਣੀ ਕਿਤੇ ਨਹੀਂ ਦੇਣਾ ਤੇ ਮਾਂ ਹੀ ਹੋਈ ਨਾ। ਆ ਤੂੰ ਆਪਣੇ ਘਰ ਦਾ ਨਾ ਮਿਲਾਨੀ ਆ? ਮਿਲਾ ਘਰ ਚ ਹੈ ਨਾ, ਤੂੰ ਟਰੈਕਟਰ ਵੀ ਹੈ। ਹਾਂ ਘਰ ਤੋਂ ਤਾਂ ਮੈਂ ਗੱਲ ਸੁਣੋ। ਗਾਣ ਕੇ ਬੀਬੀ ਜੀ। ਹਾਂਜੀ ਇਹ ਕੌਣ ਨੇ? ਇਹ ਮੇਰੇ ਹਸਬੰਦ ਨੇ। ਇਹ ਵੀ? ਇਹ ਵੀ? ਇਹ ਕੀ? ਇਹ ਵੀ ਕੀ? ਇਹ ਕੀ? ਓ ਨਹੀਂ ਨਹੀਂ ਓ ਬੋਲੇ ਲੋਕ ਤਾਂ ਨਹੀਂ ਤੁਸੀਂ? ਹੈ ਨਹੀਂ 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 ਮੈਨੂੰ ਚਾਲੂ ਮਾਲ ਨਾ ਬੰਨਣਾ ਤੁਹਾਨੂੰ ਮੈਂ ਦੱਸਾਂ। ਮੈਨੂੰ ਕੋਈ ਸ਼ਿਕਾਇਤ ਹੋਈ ਹੋਈ ਬੱਚੀ ਨਹੀਂ ਚਾਹੀਦੀ ਤੁਹਾਨੂੰ ਪਤਾ ਹੋਵੇ। ਵੈਰੀ ਗੁੱਡ ਕਹਿਣਾ ਸੀ ਇਹ। ਵੈਰੀ ਗੁੱਡ ਤੂੰ ਹੁਣ ਕਹਿ ਰਿਹਾ, ਪਹਿਲੇ ਤੂੰ ਵਿੱਚ 8-9 ਬੰਦੇ ਪਾਏ ਨੇ, ਫਿਰ ਤੂੰ ਕਿਹਾ ਕਿ ਇਹ ਵੀ ਖਾਵਾਂਦੇ? ਮੈਂ ਕਿਹਾ ਹੀ ਕੋਈ ਨੀ ਬੀਬੀ, ਮੇਰੇ ਨਾਲ ਜ਼ਿਆਦਤੀ ਨਾ ਕਰਨਾ, ਮੇਰਾ ਫਸਟ ਚਾਂਸ ਜੇ ਆ ਤੇ ਫਸਟ ਚਾਂਸ ਤੇ ਨਾ ਕੋਈ ਮੇਰੇ ਨਾਲ ਜ਼ਿਆਦਤੀ ਹੋਵੇ। ਸਾਡੀ ਬੀਬੀ ਹਰੇ ਵੀ ਬੜੇ ਮਾਸੂਮ ਨੇ। ਅੱਛਾ ਜੀ? ਹਾਂ ਇਹਨਾਂ ਦੀ ਪਹਿਲੀ ਸ਼ਾਦੀ ਹੈ। ਅੱਛਾ ਅੱਛਾ, ਸ਼ੁਕਰ ਹੈ ਸ਼ੁਕਰ ਹੈ। ਬੀਬੀ ਜੀ ਤੁਹਾਡੇ ਬੰਦੇ ਦਾ ਢਿੱਡ ਕਿੰਨਾ ਵੱਡਾ? ਇਹ ਮਰਦਾਂ ਦਾ ਢਿੱਡ ਹੈ, ਇਹ ਵੱਧ ਗਿਆ ਤੇ ਵੱਧ ਗਿਆ, ਔਰਤਾਂ ਵਾਂਗੂ ਨਹੀਂ, ਕਦੀ ਵੱਧ ਗਿਆ ਕਦੀ ਘੱਟ ਗਿਆ। ਇਹ ਵੀ ਹੋ ਜਾਂਦਾ ਹੁੰਦਾ ਹੈ ਅਕਸਰ, ਇਹ ਇੱਕ ਵਾਰੀ ਗਿਆ ਤੇ ਗਿਆ, ਫਿਰ ਵਾਪਸ ਕਿੱਥੋਂ ਆਉਣਾ? ਮੈਂ ਕਿਹਾ ਜੀ ਇਹ ਵਾਕਈ ਕਿੰਨੀ ਸੋਹਣੀ ਜੋੜੀ ਲੱਗ ਰਹੀ ਏ। ਮਿਹਰਬਾਨੀ ਇਹ ਕੌਣ? ਇਹ ਮੇਰਾ ਨੌਕਰ ਏ। ਸ਼ਟ ਅਪ ਬੀ ਗੈਰਤ। ਕੀ ਗੈਰਤ? ਬਲਕਿ ਸੀ ਗੈਰਤ। ਸੀ ਗੈਰਤ ਕੀ ਮਤਲਬ? ਸਾਹਿਬ ਦਾ ਨੌਕਰ ਤੇ ਮੁਸੱਲੀ ਨੂੰ ਜੱਫੇ ਹੈ। ਮੈਂ ਤੇਰੇ ਵਾਸਤੇ 20 ਬਿਸਤਰੇ ਲਿਆਂਦੇ ਨੇ। ਮੈਂ ਬੱਚੀ ਵਿਆਹਣ ਲੱਗਾ ਹੈ, 20 ਬਿਸਤਰੇ ਮੈਂ ਲਿਆਂਦੇ ਨੇ, ਇੰਨੇ ਬਿਸਤਰੇ। ਤੁਸੀਂ ਆਖੋ ਜਾਨੂ ਜੀ, ਜਾਨੂ ਮੈਂ ਤੇਰੇ ਵਾਸਤੇ ਕਿੰਨੇ ਬਿਸਤਰੇ ਕਹਿਣੇ? ਮੈਂ
ਨਾਲ ਮਿਲਦੇ ਨੇ ਨਾ ਉਹਨਾਂ ਦੇ ਵੱਡੀ ਐਲਸੀਡੀ ਵੀ ਲਈ ਹੈ ਵੱਡੀ ਐਲਸੀਡੀ ਇਹ ਮੈਂ ਬੀਬੀ ਨਾਲ ਗੱਲ ਕਰ ਰਿਹਾ ਜਾਂ ਮੈਂ ਜਹੇਜ਼ ਬਣਾ ਰਿਹਾ ਬਗੈਰ ਛਾ ਹੌਲੀ ਹੌਲੀ ਹਰ ਚੀਜ਼ ਨੂੰ ਕਹਿਣਾ ਮੈਨੂੰ ਦੇ ਦੇ ਬੱਚੀ ਟੋਰਦੇ ਆ ਉਹਨਾਂ ਨੂੰ ਕਹੋ ਕਿ ਸ਼ਾਦੀ ਮੈਂ ਤੇਰੇ ਨਾਲ ਹੀ ਕਰਨੀ ਹੈ ਸ਼ਾਦੀ ਤੇ ਹੋ ਗਈ ਹੈ ਬਸ ਉਸ ਤੋਂ ਨੈਕਸਟ ਜਿਹੜਾ ਟਾਈਮ ਹੁੰਦਾ ਉਹ ਡੰਡਿਆਂ ਤੇ ਖਾਣ ਨੂੰ ਕੀ ਲਿਆਵਾਂ ਖਸਮਾਂ ਨੂੰ ਖਾਓ ਜਾਓ ਲੈ ਕੇ ਆਓ ਜੋ ਮਰਜ਼ੀ ਲੈ ਆ ਡੰਡਿਆਂ ਦੇ ਛੱਡੂ ਫਲੇਵਰ ਦੇ ਹਾਂ ਜੀ ਫਲੇਵਰ ਛੱਡੂ ਫਲੇਵਰ ਕੇ ਮੈਂ ਆਪ ਕੋ ਆਪਣੇ ਡੈਡੀ ਸੇ ਮਿਲਾਤੀ ਹੂੰ ਅੱਛਾ ਡੈਡੀ ਡੈਡੀ ਹੈ ਡੈਡੀ ਕਿੱਧਰ ਹੈ ਇਹ ਕੀ ਹੋ ਰਹਾ ਤੁਸੀਂ ਮੁਸਲਮਾਨ ਨਹੀਂ ਹੈ ਕੀ ਯਾ ਤੇਰੇ ਪੁਰੂ ਕੀ ਹੋਇਆ ਓ ਮੈਂ ਤੇ ਕਾਲਾ ਹਾਂ ਇਹਦਾ ਤਾਂ ਫੱਠਾ ਹੀ ਬੈਠਾ ਓ ਫਿਟੇ ਮੂੰਹ ਤੇਰਾ ਬੜਾ ਤੇਰਾ ਹਬਸ਼ੀ ਦੀ ਕਾਛਰ ਦਾ ਮੂੰਹ ਹੈ ਓ ਇੱਕ ਮੂੰਹ ਫੈਲਾ ਉੱਤੋਂ ਐ ਨਿਕਲਾਈ ਥੋ ਫਿਟੇ ਮੂੰਹ ਨਹੀਂ ਓ ਲੱਖ ਲਾਣਾ ਤੋ ਕਿੱਡਾ ਕਾਲਾ ਸਿਆ ਦੂਤ ਤੇਰਾ ਮੂੰਹ ਹੈ ਓ ਮੂੰਗਫਲੀ ਗਰਮ ਕਰਨ ਵਾਲੀ ਕੁੱਜੀ ਵਰਗਾ ਮੂੰਹ ਹੈ ਤੇਰਾ ਓ ਕਿਹੜੇ ਮੂੰਹ ਨਾਲ ਤੂੰ ਫਿਰ ਐ ਤੇਰਾ ਪਿਓ ਜੇ ਤੇਰਾ ਇਹ ਪਿਓ ਮੈਂ ਪਿਓ ਨਹੀਂ ਉਹਦਾ ਨਹੀਂ ਨਹੀਂ ਤੇ ਫੇਸ ਕਰਦਾ ਮਾਲਕ ਹੈ ਇਸ ਗੱਲ ਦਾ ਤੂੰ ਮਾਲਕ ਹੈ ਹਾਂਜੀ ਜੁੱਤੀ ਤੂੰ ਮੇਰੀ ਪਾਈ ਦਾ ਮਾਲਕ ਹੈੜਾ ਹੈ ਕਿਹੜਾ ਮਾਲਕ ਹੈ ਤੂੰ ਓਏ ਐ ਤੇਰਾ ਪਿਓ ਹੈ ਔਰ ਡੱਬ ਕੇ ਮਰ ਜਾ ਮੇਰਾ ਪਿਓ ਵੇਖ ਇਸ ਤੋਂ ਵੀ ਕਾਲਾ ਹੈ ਯਕੀਨ ਆ ਮਾਲਕ ਨਹੀਂ ਇਹ ਮੈਨੂੰ ਪਤਾ ਹੈ ਤੂੰ ਕੌਣ ਹੈ ਤੂੰ ਗੱਟਰ ਬੰਦ ਹੋ ਜਾਵੇ ਤਾਂ ਫੇਰ ਆਉਣਾ ਹੁੰਦਾ ਪਤਾ ਹੈ ਮੈਨੂੰ ਦੱਸ ਰਿਹਾ ਹਾਂ ਜੀ ਮੈਨੂੰ ਤੁਸੀਂ ਦੱਸ ਨਾ ਚਾਰ ਜਾਂ ਮੇਰੀ ਗੱਲ ਸੁਣੋ ਜੀ ਜੀ ਐ ਮੇਰੇ ਹਸਬੰਡ ਨੇ ਧੋਖਾ ਉਹ ਲੱਗੇ ਹੀ ਪਤਾ ਮੈਂ ਕੌਣ ਆ ਨੀ ਫੱਫੇ ਕੁੱਟਣੀ ਹੈ ਤੂੰ ਤਾਂ ਕਹਿ ਰਹੀ ਸਨ 0 ਮੀਟਰ ਹੈ ਤੇਰਾ ਤਾਂ ਚੌਥਾ ਮੀਟਰ ਲੱਗਾ ਹੈ ਮੈਨੂੰ ਲੱਗਦਾ ਮੈਨੂੰ ਪਹਿਲਾਂ ਹੀ ਸ਼ੱਕ ਪੈ ਰਿਹਾ ਸੀ ਕਿ ਤੂੰ ਪਹਿਲਾਂ ਸ਼ਾਦੀਸ਼ੁਦਾ ਤਲਾਕ ਦੇ ਤੂੰ ਤਲਾਕ ਦੇ ਲੈ ਮੇਰੇ ਕੋ ਹੈ ਨਹੀਂ ਮੈਂ ਕਿੱਥੋਂ ਦੇਵਾਂ ਮੇਰੇ ਕੋ ਮੇਰੀ ਫੁੱਫੀ ਦੀ ਪਈ ਉਹ ਦੇ ਮੈਂ ਪੁਰਾਣੀ ਸੈਕਿੰਡ ਹੈਂਡ ਤੂੰ ਤਲਾਕ ਦੇਣਾ ਚਾਹਣਾ ਹਾਂ ਮੈਂ ਤਾਂ ਤੂੰ ਤਲਾਕ ਦੇ ਇਹਨੂੰ ਤੂੰ ਇਹਨੂੰ ਤਲਾਕ ਦੇਗਾ ਇਹ ਮੇਰੀ ਬੀਵੀ ਹੈ ਮੈਂ ਵਿਆਹ ਕੀਤਾ ਹੈ ਇਹ ਮੇਰੀ ਬੀਵੀ ਹੈ ਮੇਰੀ ਵੀ ਬੀਵੀ ਉਹਦਾ ਕਸੂਰ ਇਹਨੂੰ ਤੇਰੇ ਨਾਲ ਵੀ ਕਰਦਾ ਮੇਰੀ ਤੇ ਹੈ ਨਾ ਜਾ ਛੁਰੀ ਲਿਆ ਤੀਤੀ ਕਰ ਲੈਨੇ ਜਾ ਆ ਹੁਣ ਕੀ ਕਰੀਏ ਹੁਣ ਹਿੱਸੇ ਪੈ ਗਏ ਤਾਂ ਮੈਂ ਕੀ ਕਰ ਸਕਦਾ ਦੇ ਦੇਣਾ ਕਰੂੰ ਹਾਂ ਚਾਰ ਤਲਾਕ ਦੇ ਛੇਤੀ ਕਰ ਮੈਂ ਦੇਵਾਂਗਾ ਤਲਾਕ ਮੈਨੂੰ ਇਹੋ ਜਿਹੀ ਔਰਤ ਨਹੀਂ ਚਾਹੀਦੀ ਓਏ ਕੀ ਮਤਲਬ ਇਹੋ ਜਿਹੀ ਔਰਤ ਦੋ ਬੀਵੀਆਂ ਤੇ ਹੋ ਸਕਦੇ ਆ ਦੋ ਕਾਮਤ ਕਿਵੇਂ ਹੋਣਗੇ ਮੈਂ ਤੈਨੂੰ ਤਲਾਕ ਦੇਵਾਂਗਾ ਤਲਾਕ ਦੇਗਾ ਤੂੰ ਹਾਂ ਤੇ ਜਿਹੜਾ 50 ਲੱਖ ਰੁਪਏ ਸਟਾਮ ਤੇ ਲਿਖਿਆ ਉਹ ਕਿਹਨੇ ਦੇਣਾ ਹੈ ਉਹ ਤਾਂ ਤੂੰ ਕਿਹਾ ਸੀ ਵੈਸੇ ਹੀ ਲਿਖਣਾ ਮੈਂ ਕਿਹੜਾ ਲੈਣਾ ਹੈ 50 ਲੱਖ ਰੁਪਇਆ ਹਾਂਜੀ ਦੇਣਾ ਪਾਉਣਾ ਬਿਲਕੁਲ ਇਸ ਬੱਚੀ ਦਾ ਹਾਂਜੀ ਤੁਸੀਂ 50 ਲੱਖ ਮੈਨੂੰ ਦਿਓ ਮੈਂ ਬੈਣ ਵੀ ਦੇਣਾ ਨਾਲ ਮੇਰੀ ਮਾਂ ਵੀ ਲੈ ਲਵਾ ਜਾ ਉਹ 50 ਲੱਖ ਰੁਪਏ ਦੇ ਹਰ ਇਹ 17 ਬੱਚੀਆਂ ਨਾਲ ਯਾਮਾ ਮਿਲ ਜਾਂਦਾ ਹੈ ਓਏ ਲੱਖ ਤੁਸੀਂ ਹਈਆ अपने मदद की कसम सही तेरी फुफी नी 5000 का नोट लगे थां मार गए पता लगे तेन मैं ਮੈਂ ਕੋਈ ਇਹ ਨਹੀਂ ਕਿ ਤੇਰਾ ਗੁਲਾਮ ਹੀ ਬਣ ਜਾਵਾਂ ਕਦੀ ਮੈਨੂੰ ਉਸ ਕੰਮ ਤੇ ਭੇਜ ਦੇਵੇਂ ਕਦੀ ਉਸ ਤੇ ਚੱਲ ਜੀ ਬੀਵੀ ਤੁਹਾਡੀ ਹਾਂਜੀ ਸ਼ਰਮ ਨਹੀਂ ਆਉਂਦੀ ਕਿਵੇਂ ਨਹੀਂ ਜਾਨ ਓਏ ਪਰਾਂ ਮਾਰ ਜਾਨ ਜਾਨ ਮਾਰ ਖਾਣਾ ਲੋਕਾਂ ਕੋਲ ਜਾਨ ਇਹਦਾ ਬੇਦਾ ਨਿਕੰਮਾ ਜਾਨ ਮੈਨੂੰ ਨਹੀਂ ਚਾਹੀਦਾ ਕੀ ਬਾਤ ਹੈ 25 ਲੱਖ ਤੇਰਾ ਤੇ 25 ਲੱਖ ਮੇਰਾ ਆ ਬਈ ਜਹਾਜ਼ ਗਰਾਉਂਡ ਦੇ ਜੋੜਿਆ ਹਾਂ ਸਾਡੇ ਘਰ ਕਿਸੇ ਨੇ ਭਾਈ ਕਹਿ ਰਹੇ ਸੀ ਉਹਦੇ ਤੇ ਯਕੀਨ ਨਹੀਂ ਤੈਨੂੰ ਤੂੰ ਵੀ ਵਿਚਾਰ ਇਹ ਤੂੰ ਹੈ ਹੁਣ ਮੈਂ ਤੈਨੂੰ ਕੀ ਕਹੀ ਜਾਵਾਂ ਤੁਸੀਂ ਕੌਣ ਭਾਈ ਭਾਈ ਮੈਂ ਇਸ ਘਰ ਦਾ ਨੌਕਰ ਹਾਂ ਤੁਸੀਂ ਕੌਣ ਨੌਕਰ ਤੇ ਦਾ ਬੱਤ ਵੀ ਜਾ ਕੇ ਚਾਹ ਲੈ ਕੇ ਆ ਸ਼ਰਮ ਸਮੇਂ ਡਰ ਗਿਆ ਤੁਸੀਂ ਵੀ ਜਾਓ ਕੌਣ ਚਲਾ ਗਿਆ ਇੱਥੇ ਉੱਠ ਪੱਕੇ ਡੇਰੇ ਨਾ ਪਾਓ ਸੌਰੀ ਭਾਈ ਆਪ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਆ ਭਾਈ ਉਰਦੂ ਬੋਲਦੇ ਆ ਕੀ ਹੋਆ ਭਾਈ ਪੜ੍ਹੇ ਲਿਖੇ ਹੋ ਅਲਹਮਦੁਲਿਲਾ ਕੀ ਪੜ੍ਹੇ ਹੋ ਰਾਜ ਆਂਦੇ ਸਾਰੇ ਬੋਰਡ ਮੇ ਪੜੇ ਨੇ ਕਾਲਾ ਹੀ ਨਾ ਪੜੇ ਹੋ ਨਹੀਂ ਸਰ ਚਿੱਟਾ
ਮੈਂ ਕਿਹਾ ਜਨਾਬੇ ਵਾਲੀ ਆਪਣੇ ਆਉਣ ਦਾ ਮਕਸਦ ਤੇ ਸੁਹਾਰ ਪਾਇਆ ਜੇ ਸਾਡੇ ਘਰ